ਅਸਲਾਮ ਅਲੈਕਮ ਜੀ। ਅੱਲਾਹ ਪਾਕ ਖੈਰ ਕਰੇ। ਧੁੱਪ ਵੀ ਬਹੁਤ ਜ਼ਿਆਦਾ ਵਾਸਤੇ ਮਾਸ਼ਾਅੱਲਾ, ਸੂਰਜ ਵੀ 12 ਤੇ ਤੂੰ ਚੜ ਗਈ ਹੈ ਜੀ। ਅੱਲਾਹ ਖੈਰ ਕਰੇ। ਤੇ ਜੈਨਾ 12 ਹੋ ਗਏ ਤੇ ਜੈਨ ਅਲੀ ਤਾਂ ਉਹ ਗਿਆ ਪੀਟਰ ਤੇ, ਉਹ ਤਾਂ ਉੱਥੇ ਬੋਰ ਚੱਲ ਰਿਹਾ ਮਾਸ਼ਾਅੱਲਾ, ਹੁਨਰ ਵਾਲਾ ਉੱਥੇ ਪਹੁੰਚ ਗਿਆ ਵਾ। ਨਹਾਈ ਨਾ ਬੇਟਾ, ਬਹੁਤ ਧੁੱਪ ਹੋ ਗਿਆ, ਨਹਾਈ ਨਾ, ਪਾਣੀ ਪੀ ਲਾ ਬਸ, ਨਹਾਉਣਾ ਨਹੀਂ। ਅੱਲਾਹ ਖੈਰ ਕਰੇ, ਸਾਡੀ ਤਾਂ ਜੇ ਪਰਾਤ ਰਹਿੰਦੀ ਆ ਅਸੀਂ ਇਨਸ਼ਾਅੱਲਾ ਵੱਢ ਕੇ, ਔਰ ਇੱਧਰ ਵੀ ਖੜੀ ਹੈ ਵੀ ਵੱਢ ਕੇ ਅਲਹਮਦੁਲਿਲਾ ਫਿਰ ਹੀ ਸਾਹ ਲਵਾਂਗੇ। ਹਾਂਜੀ, ਫਿਰ ਸਾਡੀ ਇਹ 6 ਕਾਲਾ ਜੀ ਵੱਢੀ ਗਈ ਹੈ। ਹਾਂਜੀ, ਬਸ 20 ਮਿੰਟ ਹੋਰ ਲੱਗਣੇ। ਹਾਂਜੀ, ਬੰਨਣ ਵਾਲੀ ਰਹਿ ਗਈ, ਇਹਨਾਂ ਦੀ ਬੰਨਣ ਵਾਲੀ ਸ਼ਾਮੀ ਇਹਨੂੰ ਬੰਨਾਂਗੇ ਇਹਨਾਂ ਨੂੰ ਯਾਦ ਕਰਕੇ ਅਲਹਮਦੁਲਿਲਾ। ਹਾਂਜੀ ਭੈਣ ਭਰਾਵਾਂ ਦੀਆਂ ਦੁਆਵਾਂ ਦੀ ਜ਼ਰੂਰਤ। ਆਸੇ ਪਾਸੇ ਹੁਣ ਤਾਂ ਕਾਂ ਚਿੜੀ ਨਜ਼ਰ ਨਹੀਂ ਆ ਰਹੀ, ਸਭ ਵੱਢੇ ਵੀ ਘਰਾਂ ਨੂੰ ਚਲੇ ਚਲੇ ਗਏ ਆ। ਹਾਂਜੀ ਹਾਂਜੀ, ਅਲਹਮਦੁਲਿਲਾ 80 ਮਰਹਲ ਲੱਗੇ ਪਏ। ਅਗਲੇ ਤਾਂ 11:30 ਵਜੇ ਹੀ ਬੰਦੇ ਚਲੇ ਗਏ ਸੀ, ਰਾਹ ਤੋਂ ਲੰਘਦੇ ਵੇਖੇ ਨਹੀਂ ਕਿੰਨੇ ਬੰਦੇ ਲੰਘ ਗਏ। ਹਾਂਜੀ ਸਾਡੇ 11 ਵਜੇ ਚਲੇ ਗਏ ਸੀ, ਲੇਕਿਨ ਅਸੀਂ ਵਾਢੀ ਜਦੋਂ ਵੀ ਕਰਨੀ ਆ ਅਸੀਂ ਇਸ ਤਰ੍ਹਾਂ ਹੀ ਕਰਨੀ ਆ। ਅਲਹਮਦੁਲਿਲਾ ਧੁੱਪ ਧੁੱਪ ਨਹੀਂ ਅਸੀਂ ਕਦੀ ਵੇਖੀ, ਜਦੋਂ ਹਟ ਗਏ ਤੇ ਫਿਰ ਹਟ ਗਏ, ਜੇ ਆ ਕੇ ਲੱਗ ਗਏ ਤੇ ਫਿਰ ਸਾਰਾ ਸਾਰਾ ਦਿਨ ਹੀ ਮਾਸ਼ਾਅੱਲਾ ਚੱਲੀ ਹੀ ਜਾਣਾ, ਤੇ ਦਾਣੇ ਵੀ ਤਾਂ ਹੀ ਬਣਦੇ ਆ ਅਲਹਮਦੁਲਿਲਾ, ਤਾਂ ਹੀ ਦਾਣੇ ਬਣਦੇ ਆ ਜੀ। ਹਾਂਜੀ, ਜੇ ਧੁੱਪ ਵੀ ਕਰਨ ਵਾਲੀ ਆ। ਹਾਂਜੀ, ਜੇ ਧੁੱਪ ਪਿਆਰੀ ਕਰੀਏ ਤੇ ਫੇਰ ਨਹੀਂ ਦਾਣੇ ਬਣਦੇ, ਫੇਰ ਨਹੀਂ ਜੀ। ਛਾਂ ਪਿਆਰੀ ਕਰੀਏ, ਧੁੱਪ ਨਹੀਂ ਪਿਆਰੀ ਕਰੀਏ, ਛਾਂ ਪਿਆਰੀ ਕਰੀਏ। ਧੁੱਪ ਤਾਂ ਅਸੀਂ ਪਿਆਰੀ ਕਰ ਰਹੇ ਹਾਂ, ਅਸੀਂ ਧੁੱਪ ਨੂੰ ਲੱਗੇ ਪਏ, ਛਾਂ ਪਿਆਰੀ ਕਰੀਏ ਤੇ ਫੇਰ ਦਾਣੇ ਨਹੀਂ ਬਣਦੇ। ਅੱਲਾਹ ਖੈਰ ਕਰੇ। ਤੇ ਗਰਮੀ ਬਹੁਤ ਜ਼ਿਆਦਾ ਵਾ, ਗਰਮੀ ਦੇ ਨਾਲ ਪਤਾ ਨਹੀਂ ਲੱਗਦਾ ਵੀ ਕੀ ਕਹਿਣਾ ਵਾ, ਤੇ ਲੇਕਿਨ ਆਪਣੇ ਭੈਣ ਭਰਾਵਾਂ ਨੂੰ ਸਾਡਾ ਫਰਜ਼ ਹੈ ਸ਼ੇਅਰ ਕਰਨਾ। ਅਲਹਮਦੁਲਿਲਾ, ਅੱਲਾਹ ਪਾਕ ਖੈਰ ਕਰੇ। ਦੇਖ ਲਓ ਮਾਸ਼ਾਅੱਲਾ, ਮਜ਼ਦੂਰੀ ਕਰ ਰਹੇ ਆ ਅਲਹਮਦੁਲਿਲਾ, ਹਰ ਭੈਣ ਭਰਾ ਬਾਹਰ ਵੀ ਜਿਹੜੇ ਗਏ ਆ ਮਾਸ਼ਾਅੱਲਾ ਦੇਸਾਂ 'ਚ, ਪ੍ਰਦੇਸ਼ ਗਏ ਆ, ਉਹ ਵੀ ਮਜ਼ਦੂਰੀ ਕਰਦੇ ਨਾ, ਬਿਲਕੁਲ ਜੀ, ਮਿਹਨਤ ਕਰਦੇ ਨਾ, ਆਪਣੀ ਮੁਸ਼ਕਤ ਕਰਦੇ, ਤੇ ਹਰ ਦੋਸਤ, ਹਰ ਭੈਣ ਭਰਾ, ਹਰ ਰਿਸ਼ਤੇਦਾਰ, ਹਰ ਅਜ਼ੀਜ਼ ਆਪਣੀ ਮਿਹਨਤ ਮੁਸ਼ਕਤ ਕਰਦਾ ਤੇ ਅਲਹਮਦੁਲਿਲਾ ਖਾਂਦਾ। ਅੱਲਾਹ ਪਾਕ ਉਹਨਾਂ ਭੈਣ ਭਰਾਵਾਂ ਨੂੰ ਇੱਥੇ ਵੀ ਆਪਣੇ ਰਹਿਮਤ ਦੇ ਸਾਏ ਰੱਖੇ। ਅੱਲਾਹ ਪਾਕ ਆਪਣੀ ਦਿਨ ਦੀ ਚਾਰ ਹੀ ਆ ਵਾਢੀ ਦੇ, ਮੁੜ ਕੇ ਦਾਣੇ ਬਣ ਜਾਣਗੇ ਤੇ ਫਿਰ ਟੈਨਸ਼ਨ ਕੋਈ ਨਹੀਂ। ਹਾਂਜੀ, ਦਾਣੇ ਘਰ ਹੋਣਗੇ ਤੇ ਅੱਲਾਹ ਖੈਰ ਕਰੂਗਾ। ਇਹਨਾਂ ਕਣਕਾਂ ਤੇ ਬੜੀਆਂ ਆਸਾਂ ਹੁੰਦੀਆਂ ਇਨਸਾਨ ਨੂੰ ਦਾਣਿਆਂ ਤੇ ਵੀ, ਚਲੋ ਵੀ ਦਾਣੇ ਵੀ ਬਣ ਜਾਣਗੇ, ਉਹ ਆਪਣਾ ਵੇਚ ਕੇ ਇੱਧਰ ਉੱਧਰ ਲੈਣਾ ਦੇਣਾ ਬੰਦਿਆਂ ਦਾ। ਆ ਦੁਕਾਨਾਂ ਤੋਂ ਕਈ ਬੰਦੇ ਸੌਦੇ ਵੀ ਧਾਰ ਚੱਕੇ ਹੁੰਦੇ ਆ। ਬਿਲਕੁਲ ਬਿਲਕੁਲ, ਅਸੀਂ ਵੀ ਚੱਕੇ ਆਧਾਰ ਸੌਦੇ, ਪੂਰਾ ਭੈਣ ਭਰਾ ਨੂੰ ਚੱਕੇ ਹੁੰਦੇ, ਚਲੋ ਯਾਰ ਕਣਕ ਵੇਚ ਕੇ ਦੇ ਦੇਵਾਂਗੇ, ਤੇ ਬੜੇ ਲਾਣੇ ਤੇਣੇ ਹੋ ਜਾਂਦੇ ਅਗਰ ਬੰਦਾ ਨੀਅਤ ਨਾ ਕਰੇ। ਹਾਂਜੀ, ਚਲੋ ਜੀ, ਲੈਣੇ ਦੇਣੇ ਤਾਂ ਬੰਦਾ ਕਮਾ ਕੇ ਵੀ ਲਾ ਲੈਂਦਾ, ਅਲਹਮਦੁਲਿਲਾ ਖਾਣ ਦੇ ਸਾਲ ਦੇ ਗਾਣੇ ਬਣ ਜਾਣ ਨਾ, ਸ਼ੁਕਰ ਤੇ ਅਲਹਮਦੁਲਿਲਾ ਬਣ ਜਾਂਦਾ। ਕਿਉਂ ਕਿੱਲਾ ਵੱਢਣਾ ਨਾ, ਤੇ 3 ਮਣ ਸਾਢੇ 3 ਮਣ ਲੈਣੇ ਆ ਤੇ ਉਹ ਆਖਰ 3 ਮਹੀਨੇ ਤਾਂ ਲੰਘਦੇ ਆ ਨਾ। ਬਿਲਕੁਲ ਬਿਲਕੁਲ, ਵੇਚ ਲਓ ਤਾਂ ਝੱਟ ਲੱਗਦਾ ਵੇਚਣ ਲੱਗਿਆਂ, ਵੇਚਣ ਲੱਗਾ ਤੇ ਅੱਜ ਲਾਦ ਕੇ ਤੇ ਤੋੜ ਕੇ ਦਸਤੀ ਆਣ ਕੇ ਵੇਚ ਕੇ ਤੇ ਆਪਣੀ ਜੀ ਖਾਦ ਦੀ ਗੜਵਾਰ ਮਾਰ ਜੋ ਕੋਈ ਟੈਨਸ਼ਨ ਨਹੀਂ। ਹਾਂਜੀ, ਨਾ ਜੀ, ਇਹਨਾਂ ਨੇ ਖੂਨ ਪਰਸੀਨਾ ਇੱਕ ਪੀਤਾ ਹੋਵੇ ਉਹ ਨਹੀਂ ਵੇਚਦੇ ਅਲਹਮਦੁਲਿਲਾ। ਹਾਂਜੀ, ਸਾਲ ਦੇ ਦਾਣੇ ਬਣ ਜਾਣ, ਅੱਲਾਹ ਦਾ ਸ਼ੁਕਰ, ਵੱਢ ਕੇ ਤੇ ਖੜਦੇ ਆ, ਫਿਰ ਜਾਏ ਖਾਣੇ ਦਾਣੇ ਦੇ ਸਿਰ ਹੁੰਦੇ ਮਾਸ਼ਾਅੱਲਾ। ਹਾਂਜੀ ਹਾਂਜੀ, ਜ਼ੋਰ ਹੋ ਜਾਣੀ ਹੈ ਜੀ। ਹਾਂਜੀ, ਵੱਢਦੇ ਆ ਵੱਢਦੇ ਆ, ਬਲੋਕ ਮਾਸ਼ਾਅੱਲਾ ਜਿਹੜੀ ਸ਼ਾਇਦ ਆਵੇ, ਮੈਂ ਜਿਹੜਾ ਕੰਮ ਕਰਦਾ ਹੁੰਦਾ ਮੈਂ ਬਲੋਕ ਆਪਣਾ ਉਹਦਾ ਤਿਆਰ ਕਰਦਾ। ਇਨਸ਼ਾਅੱਲਾ ਆਪਣੇ ਭੈਣ ਭਰਾਵਾਂ ਨੂੰ ਫੇਰ ਹੀ ਉਹ ਕੰਮ ਹੋਣਾ ਚਾਹੀਦਾ ਜਿਹੜਾ ਕਰਦਾ ਹੀ ਹੋਵੋ, ਉਹ ਦਿਖਾਉਣਾ ਚਾਹੀਦਾ। ਹਾਂਜੀ ਹਾਂਜੀ, ਆਪਣੀ ਕੋਈ ਵੀ ਮਿਹਨਤ ਕਹਿੰਦਾ ਨਾ, ਸਾਹਮਣੇ ਅੱਖਾਂ ਦੇ ਸਾਹਮਣੇ ਤੁਹਾਡੇ ਵਿੱਚ। ਹਾਂਜੀ ਬਿਲਕੁਲ, ਕੁਛ ਲੋਕ, ਕੁਛ ਦੋਸਤ ਐਸੇ ਵੀ ਹੈਗੇ ਆ ਕਿ ਸਿਰਫ ਇੱਕ ਵੀਡੀਓ ਬਣਾਉਂਦੇ ਜਾ ਕੇ ਟੋਟਾ ਪਾਉਂਦੇ ਪਾ ਕੇ, ਹਾਂਜੀ, ਤੇ ਮੁੜ ਕੇ ਘਰ ਜਾ ਕੇ ਪੱਖੇ ਲਾ ਕੇ ਸੁੱਤੇ ਰਹਿੰਦੇ। ਹਾਂਜੀ ਬਿਲਕੁਲ ਜੀ ਬਿਲਕੁਲ, ਮੂੰਹ ਤੇ ਹੋਰ ਆ ਤੇ ਕੰਡੋ ਪਿੱਛੇ ਹੋਰ ਆ, ਕੈਮਰੇ ਪਿੱਛੇ ਹੋਰ ਆ ਤੇ ਕੰਡੋ ਪਿੱਛੇ ਹੋਰ ਆ। ਇਨਸ਼ਾਅੱਲਾ ਦਾਤੀ ਖੜੀ ਆ ਮੇਰੀ, ਮੈਂ ਕੈਮਰੇ ਪਿੱਛੇ ਵੀ ਹੋਈ ਤੇ ਕੰਡੋ ਪਿੱਛੇ ਵੀ ਹੋਈ। ਬਿਲਕੁਲ ਜੀ ਬਿਲਕੁਲ, ਇਹ ਗੱਲ ਨਹੀਂ ਹੈਗੀ ਵੀ ਬੰਦਾ ਦਿਖਾਵੇ ਕੁਛ ਤੇ ਕਰੇ ਕੁਛ, ਨਹੀਂ ਨਹੀਂ ਨਹੀਂ, ਇਹ ਵੀ ਗੱਲ ਗਲਤ, ਇਹ ਧੋਖਾ ਦੇਣ ਵਾਲੀ ਗੱਲ ਹੁੰਦੀ ਭੈਣ ਭਰਾ ਨੂੰ ਜੀ। ਅਲਹਮਦੁਲਿਲਾ, ਸਾਡੇ ਨਾਲ ਅੱਛੀਆਂ ਸਾਡੀਆਂ ਫੈਮਿਲੀਆਂ ਵਾ, ਅੱਛੇ ਭੈਣਾਂ ਭਰਾਵਾਂ, ਅਲਹਮਦੁਲਿਲਾ ਇਸ ਤਰ੍ਹਾਂ ਹੀ ਭੈਣਾਂ ਭਰਾਵਾਂ ਨੂੰ ਜਿਹੜੀ ਮਿਹਨਤ ਮਸ਼ਕਤ ਆਪਣੀ ਕਰਦੇ ਰਹਾਂਗੇ ਇਸ ਤਰ੍ਹਾਂ ਹੀ ਦਿਖਾਉਂਦੇ ਰਹਾਂਗੇ ਇਨਸ਼ਾਅੱਲਾ। ਅਲਹਮਦੁਲਿਲਾ, ਅੱਲਾਹ ਪਾਕ ਖੈਰ ਕਰੇ, ਅੱਲਾਹ ਸਾਨੂੰ ਹਿੰਮਤ ਦੇ ਦੇ, ਅੱਲਾਹ ਪਾਕ ਤੰਦਰੁਸਤੀ ਦੇਵੇ ਔਰ ਸਿਹਤ ਦੇਵੇ, ਹਿੰਮਤ ਦੇਵੇ ਬਸ ਜੀ। ਆਮੀਨ। ਭੈਣ ਭਰਾਵਾਂ ਦੀ ਸਪੋਰਟ ਨਾਲ ਹੀ ਬੰਦਾ ਵੱਡਾ ਹੁੰਦਾ ਮਾਸ਼ਾਅੱਲਾ।
ਹਾਂਜੀ ਕੱਲਾ ਬੰਦਾ ਕਦੀ ਨਹੀਂ ਵੱਡਾ ਹੋਇਆ, ਇਹਦੇ ਨਾਲ ਕੱਲਾ ਤਰ੍ਹਾਂ ਰੁੱਖ ਵੀ ਨਾ ਹੋਵੇ। ਹਾਂਜੀ ਅਲਹਮਦੁਲਿਲਾ, ਅੱਲਾਹ ਖੈਰ ਕਰੇ, ਅੱਲਾਹ ਪਾਕ ਸਾਰਿਆਂ ਨੂੰ ਤੰਦਰੁਸਤੀ ਦੇਵੇ, ਸਾਡੀ ਤਮਾਮ ਯੂਟਿਊਬ ਫੈਨ ਦੇਖਣਾ ਤਾਂ ਫਿਰ ਦੇਵੇ, ਤੰਦਰੁਸਤੀ ਦੇਵੇ ਹਮੇਸ਼ਾ, ਅੱਲਾਹ ਪਾਕ ਰਹਿਮਤ ਸਾਇਤ ਰੱਖੇ, ਇਹ ਸਾਡੀ ਦੁਆ ਜੀ। ਅਸੀਂ ਬੜੇ ਖੁਸ਼ ਨਸੀਬ ਹਾਂ ਜੀ ਜਿਹੜੇ ਸਾਡੇ ਭੈਣ ਭਰਾ ਸਾਡੀ ਸਪੋਰਟ ਵਿੱਚ ਅਲਹਮਦੁਲਿਲਾ ਸਾਡੇ ਨਾਲ ਸਾਮਨ ਕਰਦੇ ਆ, ਸਾਡੀ ਵੀਡੀਓ ਵਾਚ ਕਰਦੇ ਆ, ਅਲਹਮਦੁਲਿਲਾ ਦੇਖਦੇ ਭਾਲਦੇ ਆ ਸਾਨੂੰ ਗਰੀਬਾਂ ਨੂੰ, ਉਹਨਾਂ ਦੇ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ। ਜਿਨ੍ਹਾਂ ਦੀ ਸ਼ੁਕਰ ਗੁਜ਼ਾਰ ਨਹੀਂ ਜੀ ਉਹਨਾਂ ਭੈਣਾਂ ਭਰਾਵਾਂ ਦਾ ਉਨਾ ਹੀ ਥੋੜ੍ਹਾ, ਅਲਹਮਦੁਲਿਲਾ ਅੱਲਾਹ ਪਾਕ ਸਾਡਾ। ਕਹਿੰਦੇ ਨਾ ਜਿਹਦਾ ਖਾਈਏ ਉਹਦਾ ਗਾਈਏ ਜੀ, ਅਲਹਮਦੁਲਿਲਾ ਜਿਹਦਾ ਖਾਈਏ ਉਸਦਾ ਗਾਈਏ, ਅਤੇ ਗਾਉਣਾ ਵੀ ਉਹਦਾ ਹੀ ਚਾਹੀਦਾ। ਹਾਂਜੀ ਜਿਹਦਾ ਖਾਈਏ ਬਸ, ਦੇਣ ਵਾਲੀ ਮੇਰੇ ਅੱਲਾਹ ਦੀ ਜ਼ਾਤ ਆ। ਹਾਂਜੀ, ਔਰ ਅੱਛੇ ਭੈਣ ਭਰਾ ਰੱਬ ਨੇ ਦਿੱਤੇ, ਅੱਲਾਹ ਪਾਕ ਉਹਨਾਂ ਨੂੰ ਸਿਹਤ ਦੇਵੇ, ਤੰਦਰੁਸਤੀ ਦੇਵੇ, ਆਮੀਨ। ਹਮੇਸ਼ਾ ਅੱਲਾਹ ਪਾਕ ਉਹਨਾਂ ਨੂੰ ਆਪਣੇ ਸ਼ੁਕਰਮਾਨ ਦੇ ਵਿੱਚ ਰੱਖੇ ਔਰ ਰਹਿਮਤ ਸਾਇਆ ਤੇ ਰੱਖੇ, ਆਮੀਨ ਆਮੀਨ। ਸਾਡੀਆਂ ਜੀ ਦੁਆਵਾਂ ਦੁਆ ਫਕੀਰਤ ਰਹਿਮ, ਅੱਲਾਹ ਕਰ ਭਲਾ ਅਤੇ ਹੋਊ ਭਲਾ, ਅੰਤ ਭਲੇ ਦਾ ਭਲਾ ਪਾਸ ਜੀ। ਮਿਹਨਤ ਕਰਨੀ ਤਾਂ ਕੋਈ ਵੀ ਹੈ ਜਿਹੜੀ ਵੀ ਹੈ ਤਾਂ ਔਖੀ ਹੈ, ਸੌਖਾ ਕੋਈ ਕੰਮ ਵੀ ਨਹੀਂ ਹੋ ਜਾਂਦਾ। ਆ ਦੇਖੋ ਹੁਣ ਗੰਦਮ ਆ ਸਾਰੀ ਵਿੱਚੀ, ਅਸੀਂ ਇਹ 6 ਕਨਾਲਾਂ ਗੰਦਮ ਸੀ ਕਿਸੇ ਦੀ ਮਿਠਾਈਆਂ, ਇਹ ਕਿੱਲੇ ਦੇ ਵਿੱਚੋਂ ਇੱਕ ਏਕੜ ਦੇ ਵਿੱਚੋਂ ਜੀ 2 ਕਨਾਲਾਂ ਘੱਟ ਸੀ। ਹਾਂਜੀ, ਇਹ ਅਸੀਂ ਜਿੱਦਣ ਦੇ ਲੱਗੇ ਹਾਂ 2 ਦਿਨ ਹੋ ਗਏ ਸਾਨੂੰ ਲੱਗਿਆਂ ਨੂੰ, ਅਸੀਂ ਇਸ ਤਰ੍ਹਾਂ ਹੀ ਡਿੱਗੀ ਹੋਈ ਚੱਕ ਰਹੇ ਹਾਂ, ਬਸ ਕਿਤੇ ਹੀ ਆ ਕੋਈ ਗੁੱਠਾਂ ਖੜੀਆਂ ਆਉਂਦੀਆਂ, ਨਹੀਂ ਤਾਂ ਇਹ ਸਾਰੀ ਹਨੇਰੀਆਂ ਨਾਲ, ਔਰ ਸਾਡੇ ਇੰਨੀਆਂ ਹਨੇਰੀਆਂ ਆਈਆਂ ਬਾਰਿਸ਼ਾਂ ਆਈਆਂ ਉਹਦੀ ਵਜ੍ਹਾ ਨਾਲ ਇਹ ਕਣਕ ਕੱਚੀ ਜਿਹੜੀ ਹੈ ਲੰਮੀ ਹੋ ਗਈ। ਹਾਂਜੀ, ਅਲਹਮਦੁਲਿਲਾ ਅੱਲਾਹ ਪਾਕ ਦਾ ਫਿਰ ਵੀ ਬਹੁਤ ਬਹੁਤ ਸ਼ੁਕਰ ਗੁਜ਼ਾਰ, ਅੱਲਾਹ ਤੋਂ ਸਲਾਮਤ ਰੱਖੇ, ਘਰਾਂ 'ਚ ਬੱਚਿਆਂ ਦੇ ਖਾਣੇ ਨਸੀਬ ਹੋਵੇ, ਅੱਲਾਹ ਸਿਰਾਂ ਦੀ ਖੈਰ ਕਰੇ ਜੀ। ਔਖੇ ਸੌਖੇ ਦਿਨ ਤਾਂ ਫਿਰ ਬੰਦਿਆਂ 'ਤੇ ਆ ਹੀ ਜਾਂਦੇ ਨਾ ਜੀ, ਬਿਲਕੁਲ ਬਿਲਕੁਲ। ਹਾਂਜੀ, ਕਣਕ ਜਿਹੜੀ ਹੈ ਅਸੀਂ ਬੰਨਣੀ ਸ਼ੁਰੂ ਕਰਤੀ, ਦੱਸ ਕਰੀਏ ਬਸ ਜੀ ਬਸ। ਹਾਂਜੀ, ਵੱਢ ਦੇਣਾ ਵਾ ਪਿੰਨਾ, ਭਰੀ ਬੰਨ ਕੇ ਵਲੇਟ ਕੇ ਇਹਨੂੰ ਰੱਖਣਾ, ਸਮਝੋ ਪੰਡ ਬੱਜ ਗਈ। ਉਸ ਤੋਂ ਬਾਅਦ ਇਹਨੂੰ ਇਸ ਤਰੀਕੇ ਚੱਕ ਲੈਣਾ, ਚੱਕ ਕੇ ਇਹਦਾ ਪਿੜ ਵੀ ਲਗਾਉਣਾ ਵਾ ਇੱਕ ਜਗ੍ਹਾ ਤੇ, ਭਰੀਆਂ ਇਕੱਠੀਆਂ ਵੀ ਕਰਨੀਆਂ ਮਾਸ਼ਾਅੱਲਾ। ਅੱਲਾਹ ਪਾਕ ਖੈਰ ਕਰੇ, ਸਾਡੇ ਦੇਖਣ ਵਾਲੇ ਭੈਣ ਭਰਾ ਵੀ ਦੁਆ ਕਰਨ, ਤੇ ਜਿਹੜਾ ਕੋਈ ਪੀਲਾ ਵੀ ਥੱਲੇ ਡਿੱਗ ਪਿਆ ਉਹ ਵੀ ਚੁੱਕ ਕੇ ਦੇਣਾ ਵਾ। ਹਾਂਜੀ, ਮਾਲਕਾਂ ਨੂੰ ਉਹ ਵੀ ਦੇਣਾ, ਦਾਣੇ ਦੇਣੇ, ਮਾਲਕਾਂ ਦੇ ਖਰਚੇ ਹੋਏ ਇਹਦੇ। ਹਾਂਜੀ ਬਿਲਕੁਲ ਜੀ, ਪਹਿਲੇ ਚੁਗਣੇ। ਹਾਂਜੀ, ਅਗਲਿਆਂ ਨੇ ਬੜੀਆਂ ਮਿਹਨਤਾਂ ਨਾਲ ਪਾ ਲਈ ਆ, ਕੋਈ ਵੀ ਚੀਜ਼ ਹੈ ਤਾਂ ਖਰਚਾ ਤਾਂ ਹੈ। ਹਾਂਜੀ, ਅੱਲਾਹ ਪਾਕ ਖੈਰ ਕਰੇ, ਅੱਲਾਹ ਕੰਮ ਤੁਸੀਂ ਦੇਵੇ। ਇਹ ਪਹਿਲੇ ਵੱਢਣੀ ਆ, ਫਿਰ ਇਸ ਤਰੀਕੇ ਇਹ ਲਿਆਉਣਾ ਪਿੰਨਾ, ਉਹਦੇ ਵਿੱਚ ਫਿਰ ਇਹਨੂੰ ਪਾਉਣਾ ਵੀ ਹੈ ਜੀ ਇਸ ਤਰੀਕੇ, ਇਹਦੀਆਂ ਪੰਡਾਂ ਵੀ ਬੰਨਣੀਆਂ ਮਾਸ਼ਾ। ਹਾਂਜੀ, ਫਿਰ ਉਹਨੂੰ ਚੱਕ ਕੇ ਪਿੜ 'ਤੇ ਵੀ ਲਾਉਣਾ, ਕਣਕ ਬਣਾਉਣੀ ਕਿਹੜਾ ਸੌਖੀ, ਕਣਕ ਵੀ ਬਹੁਤ ਔਖੀ, ਫਿਰ ਪਿੜ 'ਤੇ ਲੱਗ ਜਾਣੀ, ਇਕੱਠੀ ਹੋ ਜਾਣੀ, ਫਿਰ ਲੇਬਰ ਆ ਜਾਣੀ, ਫਿਰ ਥਰੈਸ਼ਰ ਆ ਜਾਣੀ। ਹਾਂਜੀ, ਥਰੈਸ਼ਰ ਜਦੋਂ ਆ ਜਾਣੀ ਲਫਾਰ ਕਰ, ਉਹ ਕੱਢਣਗੇ ਥਰੈਸ਼ਰ ਵਾਲੇ, ਮਜ਼ਦੂਰ ਵੀ ਨਾਲ ਲੱਗੇ ਹੋਣਗੇ, ਥਰੈਸ਼ਰ ਵੀ ਹੋਊਗੀ ਜੀ ਜੀ, ਅਤੇ ਫਿਰ ਕੱਢ ਕੇ ਫਿਰ ਉਹ ਗਾਲਾ ਵੀ ਲਾਉਣਗੇ, ਭਰੀਆਂ ਚੱਕ ਕੇ ਭਰੀਆਂ ਵਾਲੇ ਭਰੀਆਂ ਲਿਆਉਣਗੇ। ਹਾਂਜੀ, ਫਿਰ ਅਗਲੇ ਨੇ ਆਪਣੀ ਮਿਹਨਤ, ਉਹਨਾਂ ਨੇ ਵੀ ਦਾਣੇ, ਉਹਨਾਂ ਨੇ ਵੀ ਲੈਣੀ ਆ, ਪ੍ਰੈਸ਼ਰ ਵਾਲਿਆਂ ਨੇ ਵੀ ਲੈਣੀ ਆ, ਜਿਨ੍ਹਾਂ ਨੇ ਕੱਢ ਕੇ ਦੇਣੇ ਉਹਨਾਂ ਨੇ ਵੀ ਦਾਣੇ ਲੈਣੇ। ਫਿਰ ਜੀ ਇਹ ਬੋਰੀਆਂ 'ਚ ਪਾਊ, ਗੱਟੂਆਂ 'ਚ ਪੈ ਕੇ ਫਿਰ ਮੂੰਹ ਸੀਪਣਗੇ, ਮੂੰਹ ਸੀਪ ਕੇ ਫਿਰ ਲੱਦਣਗੇ ਰੱਖੀਏ 'ਤੇ, ਰੇਹੜੀ 'ਤੇ ਕਿਸੇ ਸ਼ਾਇਦ ਲੱਦ ਕੇ ਫਿਰ ਆਪਣੇ ਘਰ ਲੈ ਕੇ ਜਾਣਗੇ, ਘਰ ਲਿਜਾ ਕੇ ਫਿਰ ਮੂੰਹ ਖੋਲਣਗੇ, ਖੋਲ ਕੇ ਚੱਕ ਚੱਕ ਕੇ ਫਿਰ ਭੋਲੇ 'ਚ ਪਾਉਣਗੇ, ਫਿਰ ਉਹਨੂੰ ਕੱਢਣਗੇ ਭੜੋਲੇ 'ਚੋਂ। ਹਾਂਜੀ, ਬੁੜੀਆਂ ਫਿਰ ਪੀਣ ਕਰਨਗੀਆਂ, ਹਾਂਜੀ ਪੀਣ ਕਰਕੇ ਸਾਫ਼ ਕਰਕੇ ਫਿਰ ਗੱਟੂ 'ਚ ਪਾਉਣਗੀਆਂ, ਗੱਟੂ 'ਚ ਪਾ ਕੇ ਫਿਰ ਚੱਕੀ 'ਤੇ ਜਾਊਗੀ, ਚੱਕੀ 'ਤੇ ਜਾ ਕੇ ਉੱਥੇ ਚੱਕੀ ਦੇ ਦਾਣੇ ਸਿੱਟਣਗੇ, ਉਹ ਆਟਾ ਬਣ ਕੇ ਆਜੂ, ਆਟਾ ਬਣ ਕੇ
ਫਿਰ ਪੀਸ ਕੇ ਘਰ ਲਿਆਉਣਗੇ, ਫਿਰ ਉਹਨੂੰ ਪਾਣੀ ਪਾਉਣਗੇ, ਫਿਰ ਉਹਨੂੰ ਗੁੰਨਣਗੇ, ਗੁੰਨ ਕੇ ਫਿਰ ਪਕਾਉਣਗੀਆਂ, ਪਕਾ ਕੇ ਪੇੜੇ ਬਣਾ ਕੇ ਫਿਰ ਤਵੇ 'ਤੇ ਪਾਉਣਗੀਆਂ, ਤਵੇ 'ਤੇ ਪਕਾ ਕੇ ਫਿਰ ਰੋਟੀ ਬਣਾਉਣਗੀਆਂ। ਰੋਟੀ ਬਣਾ ਕੇ ਇਹ ਬੜਾ ਕੰਮ ਲੰਮਾ ਕੰਮ ਪਿਆ ਜੀ, ਰੋਟੀ ਬਣਾ ਕੇ ਫਿਰ ਪਕਾ ਕੇ ਫਿਰ ਥੱਲੇ ਲਵੇਗੀ, ਫਿਰ ਸਾਲਣ ਪੱਕੂਗਾ, ਫਿਰ ਰੋਟੀ ਛਾਬੇ 'ਚ ਰੱਖੂਗੀ, ਛਾਬੇ 'ਚ ਰੱਖੀ ਕੇ ਫਿਰ ਬੰਦੇ ਦੇ ਅੱਗੇ ਆਊਗੀ, ਫਿਰ ਬੰਦਾ ਉਹਨੂੰ ਤੋੜ ਤੋੜ ਕੇ ਬੁਰਕੀਆਂ ਹੌਲੀ ਹੌਲੀ ਕਿਸਮਤ ਵਾਲਾ ਹੀ ਖਾਊਗਾ ਜੀ। ਦੇਖੋ ਜੀ ਇਹ ਕੰਮ ਸੌਖਾ ਕੋਈ, ਖਾਣਾ ਵੀ ਬੜਾ ਔਖਾ। ਹਾਂਜੀ ਹਾਂਜੀ ਬਿਲਕੁਲ, ਇਸ ਤਰ੍ਹਾਂ ਹੀ ਆ ਕਿ ਅੱਲਾ ਖੈਰ ਕਰੇ, ਬਸ ਦੁਆ ਕਰਨੀ ਚਾਹੀਦੀ ਹੈ ਅੱਲਾ ਸਾਰੇ ਮੁਸਲਮਾਨਾਂ ਨੂੰ ਖਾਣ ਦੀ ਵੀ ਤਕਲੀਫ ਦੇ। ਆਮੀਨ ਆਮੀਨ। ਹਾਂਜੀ ਇਹ ਵੀ ਕੋਈ ਕਿਸਮਤ ਵਾਲਾ ਹੀ ਨਵਾਂ ਦਾਣਾ ਖਾ ਸਕਦਾ ਨਾ। ਹਾਂਜੀ ਇਹਨਾਂ ਨੇ ਕਹਿਣਾ ਕਿਸੇ ਨਸੀਬਾਂ ਵਾਲਿਆਂ ਨੇ ਖਾਣੀ, ਪਿਆਣਿਆਂ ਨੇ ਵਢੇਰੇ ਅੱਗੇ ਆਉਂਦੇ ਹੁੰਦੇ, ਕੋਈ ਕੱਚੀ ਛੱਡੇ ਅਤੇ ਕੋਈ ਪੱਕੀ ਛੱਡੇ, ਅਤੇ ਉਹ ਗੱਲਾਂ ਸੱਚੀਆਂ ਵਾ ਵੱਡਿਆਂ ਵਢੇਰਿਆਂ ਦੀਆਂ। ਇਹ ਕਿਸਮਤ ਨਾਲ ਹੀ ਖਾਣੀ ਮਰਜ਼ੀ ਹੈ ਜੀ ਉਹਦੀ। ਹਾਂਜੀ ਅੱਲਾ ਪਾਕ ਖੈਰ ਕਰੇ, ਇਸ ਤਰੀਕੇ ਦੀ ਭਰੀਆਂ ਪੈਣੀਆਂ ਜਿਸ ਜਿਸ ਤਰ੍ਹਾਂ ਅਸੀਂ ਪਾਈ ਜਾਂਦੇ ਹਾਂ ਆਪਣੇ ਭੈਣ ਭਰਾਵਾਂ ਨਾਲ ਨਾਲ ਸ਼ੇਅਰ ਕਰਦੇ ਹਾਂ। ਹਜੇ ਤਾਂ ਬਹੁਤ ਜ਼ਿਆਦਾ ਪਈ, ਅੱਜ ਸਾਡੀ ਵਾਹੜ ਬਹੁਤ ਪਈ ਹੈ ਵੱਡੀ ਹੋਈ ਪਾਉਣ ਵਾਲੀ। ਮਾਸ਼ਾਅੱਲਾ ਪਾਕ ਖੈਰ ਕਰੇ ਅਤੇ ਮਾਸ਼ਾਅੱਲਾ ਭਰੀਆਂ ਜਿਹੜੀਆਂ ਸੀ ਅਸੀਂ ਸਾਰੀਆਂ ਬੰਨ ਲਈਆਂ ਅਲਹਮਦੁਲਿਲਾ। ਅੱਲਾ ਪਾਕ ਖੈਰ ਕਰੇ ਅਤੇ ਵੱਢ ਵੀ ਲਈ ਅੱਜ ਕਣਕ ਅਤੇ ਔਰ ਭਰੀਆਂ ਵੀ ਸਾਰੀਆਂ ਮਾਸ਼ਾਅੱਲਾ ਮਾਸ਼ਾਅੱਲਾ। ਡੋਗੀ ਵੀ ਬੈਠੇ ਅਤੇ ਮਾਸ਼ਾਅੱਲਾ ਸਾਰੀਆਂ ਹੀ ਬੰਨ ਲਈਆਂ ਅਲਹਮਦੁਲਿਲਾ। ਅੱਲਾ ਪਾਕ ਖੈਰ ਕਰੇ ਅਤੇ ਇੱਧਰ ਮਾਸ਼ਾਅੱਲਾ ਸਬਜ਼ 12 ਸਾਲਾ ਲੂਸਣ ਘਰਾਂ ਦੇ ਨਾਲ ਨਾਲ ਮਾਸ਼ਾਅੱਲਾ ਬੀਜਿਆ ਹੋਇਆ ਵਾ ਘਰ ਵਾਲਿਆਂ ਨੇ। ਔਰ ਉਹ ਕਲੀਆਂ ਦਾ ਬੂਟਾ ਇਹ ਹੈ ਤਾਂ ਜੀ ਨਿੰਬੂ ਦਾ ਬੂਟਾ ਵਾ ਜਿਹੜਾ ਪਾਣੀ ਬਣਾਈਦਾ ਵਾ, ਅਤੇ ਅਲਹਮਦੁਲਿਲਾ ਦੋ ਮੌਸਮਾਂ ਦੇ ਇਹਨੂੰ ਨਿੰਬੂ ਲੱਗਦੇ ਆ ਮਾਸ਼ਾਅੱਲਾ। ਅਤੇ ਇਹਨੂੰ ਲੱਗੀਆਂ ਖੜੀਆਂ ਕਲੀਆਂ ਅਲਹਮਦੁਲਿਲਾ, ਫਿਰ ਨਿੰਬੂ ਲੱਗ ਜਾਣੇ ਹੁਣ ਮਾਸ਼ਾਅੱਲਾ। ਅਤੇ ਸੂਰਜ ਜਿਹੜਾ ਵਾ ਉਹ ਵੀ ਮਾਸ਼ਾਅੱਲਾ ਕਰੂਬ ਹੋ ਰਿਹਾ ਵਾ ਅਲਹਮਦੁਲਿਲਾ। ਅੱਲਾ ਪਾਕ ਖੈਰ ਕਰੇ ਅਤੇ 6:30 ਹੋ ਗਏ ਆ ਹੁਣ, ਅਸੀਂ ਵੀ ਆਪਣੇ ਖਾਣੇ ਦਾਣੇ ਦਾ ਇੰਤਜ਼ਾਮ ਕਰਦੇ ਹਾਂ ਜਾ ਕੇ ਮਾਸ਼ਾਅੱਲਾ ਘਰ ਜਾਂਦੇ ਹਾਂ। ਅਤੇ ਜਿਹੜੀ ਕਣਕ ਸੀ ਅੱਜ ਇੱਥੋਂ ਤਾਂ ਗਈ ਹੈ ਮੁੱਕ, ਹੁਣ ਅੱਗੇ ਅੱਲਾ ਪਾਕ ਦੇਊਗਾ ਅਤੇ ਇਨਸ਼ਾਅੱਲਾ ਹੋਰ ਵੱਢਾਂਗੇ। ਇਹ ਜਿਹੜੀ ਸੀ 6 ਕਨਾਲਾਂ ਸੀ ਅਲਹਮਦੁਲਿਲਾ ਅਸੀਂ ਸਾਰੇ ਵੱਢ ਕੇ ਔਰ ਬੰਨ ਲਈ, ਅਤੇ ਵੱਢੀ ਵੀ ਅਸੀਂ ਜੀ ਹੱਥ ਦੇ ਨਾਲ ਸਾਰੀ ਇਹ ਗੰਦਮ ਜਿਹੜੀ, ਅਤੇ ਮਾਸ਼ਾਅੱਲਾ ਵਿੱਚ ਬੂਟੇ ਵੀ ਹੈਗੇ ਸੀ ਅਤੇ ਨਾਲ ਨਾਲ ਵੱਢਦੇ ਹੋਏ ਡਿੱਗੀ ਬਹੁਤ ਜ਼ਿਆਦਾ ਸੀ, ਡਿੱਗੀ ਹੋਈ ਜਿਹੜੀ ਆ ਇਹਦੀ ਕਟਾਈ ਕਰਨੀ ਵੀ ਬਹੁਤ ਔਖੀ ਹੈ। ਅਤੇ ਅਲਹਮਦੁਲਿਲਾ ਘਰ ਕਟਾਈ ਵੀ ਕਰ ਲਈ ਔਰ ਬੰਨ ਵੀ ਲਈ ਹੈ, ਅਤੇ ਹੁਣ ਬਸ ਜਾਂਦੇ ਘਰ, ਹੁਣ ਆਪਣੇ ਬੱਚਿਆਂ ਨੂੰ ਦੇਖਦੇ ਜਾ ਕੇ। ਸੁਬਾਹ 6 ਵਜੇ ਦੇ ਨਿਕਲੇ ਹਾਂ ਅਤੇ ਸ਼ਾਮ ਦੇ 6 ਵੱਜ ਗਏ, ਅਤੇ ਅਲਹਮਦੁਲਿਲਾ ਆਪਣੇ ਬੱਚਿਆਂ ਦਾ ਵੀ ਜਾ ਕੇ ਕੇਅਰ ਕਰਨੀ ਚਾਹੀਦੀ, ਦੇਖਣਾ ਭਾਲਣਾ ਚਾਹੀਦਾ ਬੱਚਿਆਂ ਦਾ, ਇਹ ਮਾਂ ਬਾਪ ਦਾ ਫਰਜ਼ ਆ। ਅੱਲਾ ਪਾਕ ਉਹਨਾਂ ਤੰਦਰੁਸਤੀ ਦੇਵੇ, ਅੱਲਾ ਦੀ ਸਫੁਰਤ ਕਰਕੇ ਸੁਬਾਹ 'ਤੇ ਛੱਡ ਕੇ ਆਏ ਹੋਏ ਹਾਂ। ਅੱਲਾ ਖੈਰ ਕਰੇ।